ਨਾ ਪਹਿਲੀ ਕਲਾਸ 'ਚ ਪੜ੍ਹਦਾ ਸੀ ਇਹ ਸਰਕਾਰੀ ਸਕੂਲ 'ਚ ਪ੍ਰਾਇਮਰੀ 'ਚ। ਆਪ ਇਹ ਨਿਆਈਆਂ 'ਚ ਰਹਿੰਦਾ, ਜੋ ਇਹਨਾਂ ਦਾ ਪਿਤਾ ਹੈ ਉਹ ਦਰੰਗ ਦੀ ਮਤਲਬ ਛਾਂਟ ਨਾਲ ਉਹਦੀ ਵੀ ਪਹਿਲਾਂ ਡੈਥ ਹੋ ਚੁੱਕੀ ਸੀ। ਮਾਂ ਹੈ ਜਿਹੜੀ ਇਹਦੀ ਬੱਚੇ ਦੀ, ਉਹ ਥੋੜ੍ਹੀ ਜਿਹੀ ਐਬਸੈਂਟ ਆ, ਬੇਦਿਮਾਗ ਚੱਲਦਾ ਹੋਇਆ ਜੀ। ਜੋ ਬੱਚਾ ਸੀ ਜੀ ਗਰੀਬ ਪਰਿਵਾਰ ਦਾ ਬੱਚਾ ਸੀ, ਪਹਿਲੀ ਕਲਾਸ 'ਚ ਪੜ੍ਹਦਾ ਸੀ ਇਹ ਪ੍ਰਾਇਮਰੀ ਸਕੂਲ 'ਚ। ਅਸੀਂ ਸਰਕਾਰ ਮੂਹਰੇ ਜੀ ਇਹੀ ਬੇਨਤੀ ਕਰਦਾ ਵੀ ਸਰਕਾਰ ਇਹਨਾਂ ਦੀ ਕੋਈ ਇਹਨਾਂ ਦੀ ਮਦਦ ਕਰੇ ਜੀ, ਵੱਧ ਤੋਂ ਵੱਧ ਸਹਾਇਤਾ ਕਰੇ। ਜਮੇ ਗਰੀਬ ਪਰਿਵਾਰ ਆ, ਨਿਆਈਆਂ 'ਚ ਬੈਠੇ ਨੇ ਜੀ ਇਹ। ਇਹ ਮੌਤ ਹੋਈ ਆ ਜੀ, ਪੜ੍ਹਦਾ ਸੀ, ਛੁੱਟੀਆਂ ਸੀ, ਛੁੱਟੀਆਂ ਦੇ ਕਾਰਨ ਇਹ ਜਦੋਂ ਪਤਾ ਲੱਗਿਆ ਵੀ ਪਿੰਡ ਇੱਥੋਂ ਦਵਾਈ ਦਵੂਈ ਦਵਾਉਂਦੇ ਰਹੇ, ਇੱਥੋਂ ਜਦੋਂ ਜ਼ਿਆਦਾ ਵੀ ਐਂ ਹੋ ਗਿਆ ਵੀ ਹੁਣ ਠੰਡ ਦੇ ਕਾਰਨ ਵੀ ਨਮੂਨੀਆ ਵਿਗੜ ਗਿਆ ਇਹਨੂੰ ਜੀ, ਮੈਲਾ ਮੂਲਾ ਖੜ੍ਹ ਗਿਆ ਛਾਤੀ 'ਤੇ। ਇੱਥੋਂ ਬਰਨਾਲੇ ਲੈ ਗਏ, ਬਰਨਾਲੇ ਜੀ ਜਾਂਦਾ ਜੀ ਰਸਤੇ 'ਚ ਇਹ ਬੱਚੇ ਦੀ ਮੌਤ ਹੋ ਗਈ ਜੀ। ਇਹ ਮੇਰੇ ਭਾਈ ਦਾ ਇਲਾਜ ਨਹੀਂ ਕਰਾਇਆ ਜਾ, ਪਹਿਲੀ ਕਲਾਸ 'ਚ ਪੜ੍ਹਦਾ ਸੀ, ਛੁੱਟੀਆਂ ਦੇ ਕਾਰਨ ਮੇਰਾ ਭਾਈ ਉਸ ਤੋਂ ਬਾਅਦ ਬਰਾਮ ਹੋ ਗਿਆ, ਇਹਦੇ ਕਰਕੇ ਉਦੋਂ ਬਾਅਦ ਦਵਾਈ ਦਵੂਈ ਦਵਾਈ ਡਾਕਟਰ ਤੋਂ, ਉਹਦਾ ਸਰੀਰ ਨਹੀਂ ਸੈੱਟ ਆਇਆ, ਉਦੋਂ ਫਿਰ ਬਰਨਾਲੇ ਲੈ ਜਾਈ ਜਾਏ ਰਾਤ ਨੂੰ 12 ਵਜੇ, ਉਦੋਂ ਬਾਅਦ ਜਾਂਦੇ ਜਾਂਦੇ ਮੌਤ ਹੋ ਜਾਈ, ਉਦੋਂ ਬਾਅਦ ਹਾਂਜੀ ਠੰਡ ਜਾਂਦੀ। ਇਹ ਬਹੁਤ ਵੱਡਾ ਬਹੁਤ ਦੁੱਖ ਦੀ ਗੱਲ ਹੈ ਕਿ ਜੋ ਬੱਚਾ ਆਪਣਾ ਕੁਲਦੀਪ ਸਿੰਘ ਦੀ ਅੱਜ ਮੌਤ ਹੋਈ ਹੈ, ਬਹੁਤ ਗਰੀਬ ਪਰਿਵਾਰ ਦਾ ਬੱਚਾ ਸੀ ਜੋ ਸਕੂਲ 'ਚ ਪੜ੍ਹਦਾ ਸੀ, ਛੁੱਟੀਆਂ ਦੌਰਾਨ 2-3 ਦਿਨ ਪਹਿਲਾਂ ਠੰਡ ਲੱਗਣ ਕਰਕੇ ਬਿਮਾਰ ਹੋ ਗਿਆ, ਜੋ ਗਰੀਬ ਹੋਣ ਕਰਕੇ ਇਲਾਜ ਤੋਂ ਨਾ ਹੋਣ ਕਰਕੇ ਇਸ ਦੀ ਮੌਤ ਹੋ ਗਈ। ਅਤੇ ਬਹੁਤ ਮਦਭਾਗੀ ਘਟਨਾ ਹੈਗੀ, ਅਸੀਂ ਸਾਰੀ ਨਗਰ ਪੰਚਾਇਤ ਅਤੇ ਨਗਰ ਵਾਸੀਆਂ ਨੂੰ ਬਹੁਤ ਦੁੱਖ ਪ੍ਰਗਟ ਕਰਦੇ। ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ, ਅਸੀਂ ਵੀ ਉਸ ਗੱਲ ਨਾਲ ਹਲੂਣੇ ਹੋਏ ਹਾਂ। ਬੱਚਾ ਬਹੁਤ ਹੀ ਕੋਮਲ ਸੀਗਾ, ਹਾਲੇ ਵੀ ਸਾਡੀਆਂ ਅੱਖਾਂ ਸਾਹਮਣੇ ਬੱਚਾ ਘੁੰਮਦਾ, ਅਤੇ ਠੰਡ ਕਾਰਨ ਛੁੱਟੀਆਂ ਦੇ ਵਿੱਚ ਹੀ ਬੱਚੇ ਦੀ 21 ਤਰੀਕ ਨੂੰ ਅਚਨਚੇਤ ਮੌਤ ਹੋ ਗਈ। ਉਹ ਸਾਡੇ ਲਈ ਵੀ ਇੱਕ ਸ਼ੌਕ ਵਾਲਾ ਸੀਗਾ, ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਸੀਗਾ। ਬੇਸ਼ੱਕ ਅਸੀਂ ਸਕੂਲ ਦੇ ਵਿੱਚ ਜਾਂ ਸਰਕਾਰ ਅਕਸਰ ਸਕੂਲਾਂ ਦੇ ਵਿੱਚ ਬਹੁਤ ਯਤਨ ਕਰਦੀ ਆ, ਛੁੱਟੀਆਂ ਵੀ ਅਕਸਰ ਕਈ ਵਾਰ ਕੀਤੀਆਂ ਜਾਂਦੀਆਂ ਨੇ ਕਿ ਬੱਚੇ ਨੂੰ ਠੰਡ ਤੋਂ ਬਚਾਇਆ ਜਾ ਸਕੇ, ਪਰ ਕੁਛ ਹੱਦ ਤੱਕ ਅਸੀਂ ਮੈਂ ਪਰਿਵਾਰ ਮੈਂਬਰਾਂ ਨੂੰ ਵੀ ਕਹਿਣਾ ਚਾਹਾਂਗਾ ਜਾਂ ਬਾਕੀ ਬੱਚੇ ਜੋ ਮੇਰੇ ਸਕੂਲ 'ਚ ਪੜ੍ਹਦੇ ਨੇ ਉਹਨਾਂ ਦੇ ਮਾਤਾ ਪਿਤਾ ਨੂੰ ਕਹਿਣਾ ਚਾਹਾਂਗਾ ਕਿ ਕਿਰਪਾ ਕਰਕੇ ਘਰ ਵੀ ਬੱਚਿਆਂ ਦਾ ਪੂਰੀ ਤਰ੍ਹਾਂ ਧਿਆਨ ਦਿੱਤਾ ਜਾਵੇ। ਜਿਵੇਂ ਕਿ ਠੰਡ ਜ਼ਿਆਦਾ ਹੈ ਤਾਂ ਬੱਚਿਆਂ ਨੂੰ ਕੋਸ਼ਿਸ਼ ਕੀਤੀ ਜਾਵੇ ਕਿ ਘਰ ਤੋਂ ਬਾਹਰ ਨਾ ਨਿਕਲ ਦਿੱਤਾ ਜਾਵੇ, ਔਰ ਜੇਕਰ ਜਾਂਦੇ ਹਨ ਤਾਂ ਪ੍ਰੋਪਰ ਕੱਪੜੇ ਪਾ ਕੇ ਠੰਡ ਤੋਂ ਬਚਣ, ਤਾਂ ਕਿ ਉਹ ਪਾ ਕੇ ਭੇਜਿਆ ਕਰਨ।